ਸਤਿਗੁਰ ਜੀ ਸਾਰਿਆਂ ਨੂੰ ਸਨਦਾ ਤੁਸੀਂ ਕੁਲਵੀਰ ਸਿੰਘ ਦਿਨਾਲੇ ਟੈਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਯੂਰਪੀ ਯੂਨੀਅਨ ਵੱਲੋਂ ਇੱਕ ਨਵਾਂ ਅਪਡੇਟ ਆਉਣ ਜਾ ਰਿਹਾ ਹੈ ਯੂਰਪੀ ਯੂਨੀਅਨ ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਾਣਾ ਇਹ ਜਿਹੜਾ ਕਾਨੂੰਨ ਹੈ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਇਟਲੀ ਦੇ ਵਿੱਚ ਸਵੇਨ ਦੇ ਵਿੱਚ ਫਰਾਂਸ ਦੇ ਵਿੱਚ ਜਰਮਨ ਦੇ ਵਿੱਚ ਯੂਰਪ ਦੇ ਕਿਸੇ ਵੀ ਦੇਸ਼ ਦੀ ਇਮੀਗ੍ਰੇਸ਼ਨ ਹੋਵੇ ਉਸ ਦੇ ਉੱਤੇ ਇਹ ਕਾਨੂੰਨ ਪਾਸ ਹੋਣਾ ਹੁਣ ਇਹ ਜਿਹੜਾ ਕਾਨੂੰਨ ਪਾਸ ਹੋਣਾ ਇਹਦੇ ਤੇ ਲੂਸਮਬਰਗ ਦੇ ਵਿੱਚ ਯੂਰਪ ਦੇ 27 ਦੇਸ਼ਾਂ ਦੇ ਜਿਹੜੇ ਪ੍ਰਦਾਨ ਸਨ ਮਿਨਿਸਟਰੋ ਡੈ ਲੀ ਇੰਟਰਨੋ ਦੇ ਨਾਂ ਦੇ ਮਹਿਕਮਾ ਸੀ ਉਹਨਾਂ ਨੇ ਸਾਰਿਆਂ ਨੇ ਪਹੁੰਚੇ ਤੇ ਸਾਰਿਆਂ ਨੇ ਆਪਣੀਆਂ ਆਪਣੀਆਂ ਵੋਟਾਂ ਪਾਈਆਂ ਅਤੇ ਇੱਕ ਸੱਟੇ ਤੇ ਪਹੁੰਚੇ ਹੁਣ ਇਹ ਜੋ ਕਾਨੂੰਨ ਇਸ ਟਾਈਮ ਦੱਸਿਆ ਜਾ ਰਿਹਾ ਹੈ ਕਿ 2024 ਤੋਂ ਪਹਿਲਾਂ ਪਹਿਲਾਂ ਇਸ ਕਾਨੂੰਨ ਨੂੰ ਪਾਸ ਕਰ ਦੇਣਾ ਮਤਲਬ ਇਸ ਸਾਲ ਦੇ ਵਿੱਚ ਹੀ ਇਸ ਕਾਨੂੰਨ ਨੂੰ ਪਾਸ ਕਰ ਦਿੱਤਾ ਜਾਣਾ ਇਹ ਕਾਨੂੰਨ ਹੈ ਕੀ ਹੈ ਇਹ ਕਾਨੂੰਨ ਹੈ ਇਟਲੀ ਦੇ ਯੂਰਪ ਦੇ ਵਿੱਚ ਹੈ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਹੈ ਉਸ ਨੂੰ ਸੰਭਾਲਣ ਦਾ ਤੇ ਉਸ ਤੋਂ ਬਾਅਦ ਬੰਦਿਆਂ ਨੂੰ ਡਿਪੋਰਟ ਕਰਨ ਦਾ ਇਸ ਕਾਨੂੰਨ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਜਿ ਇਟਲੀ ਨੇ ਤਾਂ ਪਹਿਲੇ ਨੰਬਰ ਤੇ ਹਾਂ ਬੋਲੀ ਇਹ ਜੋ ਕਾਨੂੰਨ ਹੈ ਜੀ ਇਹਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਸਭ ਤੋਂ ਪਹਿਲਾਂ ਉਹ ਦੇਖਣੇ ਕਿਹੜੇ ਦੇਸ਼ ਹਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹਨਾਂ ਦੇਸ਼ਾਂ ਨੂੰ ਸੁਰੱਖਿਤ ਮੰਨਿਆ ਜਾ ਸਕਦਾ ਕਿ ਜੇਕਰ ਕਿਸੇ ਬੰਦੇ ਨੂੰ ਰਿਪੋਰਟ ਕਰਨਾ ਹੋਵੇ ਤਾਂ ਕੇਸ ਦੇਸ਼ ਦੇ ਵਿੱਚ ਰਿਪੋਰਟ ਕੀਤਾ ਜਾ ਸਕਦਾ ਸ਼ਾਇਦ ਕੁਝ ਇਦਾਂ ਦੀ ਵੀ ਗੱਲ ਹੋ ਸਕਦੀ ਹੈ ਜਿਹੜੇ ਬੰਦੇ ਕਿਸੇ ਕੰਟਰੀ ਤੋਂ ਆਣ ਉਹਨਾਂ ਦੇ ਇਟਲੀ 'ਚ ਪੇਪਰ ਨਹੀਂ ਬਣਦੇ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਪੇਪਰ ਨਹੀਂ ਬਣਦੇ ਤਾਂ ਉਹਨਾਂ ਨੂੰ ਉਸ ਕੰਟਰੀ 'ਚ ਦੁਬਾਰਾ ਭੇਜ ਦਿੱਤਾ ਜਾਵੇ ਜੇਕਰ ਉਹਨਾਂ ਦੀ ਜਾਣ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉੱਥੇ ਵਾਪਸ ਜਾਣ ਤੇ ਜਾਂ ਫਿਰ ਉਸ ਕੰਟਰੀ ਤੋਂ ਇਲਾਵਾ ਕਿਸੇ ਹੋਰ ਕੰਟਰੀ ਦੇ ਵਿੱਚ ਭੇਜਿਆ ਜਾਵੇ ਜੋ ਯੂਰਪ ਯੂਨੀਅਨ ਦੇ ਹਿਸਾਬ ਦੇ ਨਾਲ ਸੇਫ ਮੰਨੀ ਜਾ ਸਕਦੀ ਹੈ। ਇਸ ਟਾਈਮ ਇਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਇਸ ਕੰਟਰੀ ਦੀ ਗੱਲ ਕਰ ਰਹੇ ਆ ਜਿੱਥੋਂ ਬੰਦਾ ਆਇਆ ਜਾਂ ਜਿਹੜੇ ਇਹ ਸੋਚ ਰਹੇ ਨੇ ਜਿੱਦਾਂ ਕਿ ਕੋਈ ਅਫਰੀਕਨ ਕੰਟਰੀ ਵੀ ਹੋ ਸਕਦੀ ਹੈ। ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੀ ਇਹ ਕਹਿ ਰਹੇ ਨੇ ਕਿ ਯੂਰਪ ਯੂਨੀਅਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਨ ਅਹੁਦਾ ਉਹ ਵਾਜੀ ਗ੍ਰੀਸ ਇਟਲੀ ਮਾਲਟਾ ਤੇ ਸਪੇਨ ਗ੍ਰੀਸ ਆ ਇਟਾਲੀਆ ਮਾਲਟਾ ਤੇ ਸਪਾਨੀਆ ਇਹ ਉਹ ਚਾਰ ਦੇਸ਼ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਐਂਟਰੀਆਂ ਹੁੰਦੀਆਂ ਨੇ ਇਲੀਗਲ ਤੌਰ ਤੇ ਚਾਹੇ ਸਮੁੰਦਰ ਰਾਸਤੇ ਹੋਣ ਚਾਹੇ ਜਿੱਦਾਂ ਵੀ ਹੋਣ ਤੇ ਇਹੀ ਸਭ ਤੋਂ ਵੱਧ ਯੂਰਪ ਦੇ ਚਾਰ ਦੇਸ਼ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਦੇ ਵਿੱਚ ਅਜ਼ੀਲਿਮ ਅਪਲਾਈਆਂ ਹੁੰਦੀਆਂ ਨੇ ਤੇ ਹੁਣ ਯੂਰਪ ਕਹਿ ਰਿਹਾ ਕਿ ਸਾਰੇ ਦੇਸ਼ਾਂ ਦੇ ਵਿੱਚ ਇਦਾਂ ਕੀਤਾ ਜਾਊਗਾ ਕਿ ਇਟਲੀ ਦੇ ਵਿੱਚ ਜੇ 10000 ਆਇਆ ਮਾਲਟਾ ਦੇ ਵਿੱਚ 10000 ਆ ਸਪੇਨ ਦੇ ਵਿੱਚ 10000 ਆ ਗਰੀਸ ਦੇ ਵਿੱਚ 10000 ਹੈ ਟੋਟਲ 10 ਲੱਖ ਬੰਦਾ ਫਰਜ਼ ਕਰੋ ਆ ਗਿਆ ਨਾ ਚਾਰਾਂ ਦੇਸ਼ਾਂ ਦੇ ਵਿੱਚ ਤੇ ਉਸ 10 ਲੱਖ ਬੰਦੇ ਨੂੰ ਸਾਰੇ ਯੂਰਪ ਦੇ 27 ਦੇਸ਼ਾਂ ਦੇ ਵਿੱਚ ਵੰਡ ਦਿੱਤਾ ਜਾਣਾ ਹੁਣ ਇਹਦੇ ਜਿਹੜੇ ਇਸ ਚੀਜ਼ ਦੇ ਖਿਲਾਫ ਅਸੀਂ ਕਹਿ ਸਕਦੇ ਹਾਂ ਪੋਲੈਂਡ ਤੇ ਹੰਗਰੀ ਕਹਿ ਰਿਹਾ ਜਿਵੇਂ ਕਿ ਇਹ ਚੀਜ਼ ਸਾਨੂੰ ਨਹੀਂ ਪਸੰਦ ਪੈਸੇ ਦੇਣਾ ਸਾਨੂੰ ਪਸੰਦ ਆ ਪਰ ਜੇਕਰ ਇਟਲੀ ਦੇ ਵਿੱਚ 1 ਸਾਲ ਚ ਲੱਖ ਬੰਦਾ ਆਂਦਾ ਉਸ ਲੱਖ ਦੇ ਵਿੱਚੋਂ 10000 ਤੁਸੀਂ ਸਾਡੇ ਦੇਸ਼ ਦੇ ਵਿੱਚ ਭੇਜੋਗੇ ਸਾਨੂੰ ਉਹ ਚੀਜ਼ ਪਸੰਦ ਨਹੀਂ ਪਰ ਇੱਕ ਗੱਲ ਜ਼ਰੂਰ ਆ ਕਿ ਇਹ ਹੁਣ ਇਸ ਟਾਈਮ ਸਾਰੇ ਜਿਹੜੇ ਦੇਸ਼ ਆ ਬਹੁਮਤ ਹੋਣੀ ਆ ਜਿਸ ਜਿਸ ਵਾਸਿਓ ਜਿਆਦਾ ਬੋਟਾਂ ਪੈ ਗਈਆਂ ਉਹ ਕਲੀਅਰ ਹੋ ਜਾਣਾ ਹੈ ਯੂਰਪ ਯੂਨੀਅਨ ਹੁਣ ਜ਼ਾਲੀਮ ਦੇ ਉੱਤੇ ਬਹੁਤ ਤਕੜੇ ਅਪਡੇਟ ਲੈ ਕੇ ਆਉਣ ਵਾਲੀ ਹੈ ਇਹਨਾਂ ਅਪਡੇਟਾਂ ਦੇ ਨਾਲ ਲੀਗਲ ਇਮੀਗ੍ਰੇਸ਼ਨ ਦੇ ਬਾਰੇ ਵੀ ਬਹੁਤ ਨਿਊ ਅਪਡੇਟ ਆ ਸਕਦਾ ਲੀਗਲ ਇਮੀਗ੍ਰੇਸ਼ਨ ਹਰ ਸਾਲ ਇਟਲੀ ਦੇ ਵਿੱਚ ਯੂਰਪ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਇਮੀਗ੍ਰੇਸ਼ਨ ਕਿਦਾਂ ਖੁੱਲਣੀ ਚਾਹੀਦੀ ਹੈ ਕਦੋਂ ਖੁੱਲਣੀ ਚਾਹੀਦੀ ਹੈ ਕਿੰਨੇ ਬੰਦੇ ਚਾਹੀਦੇ ਤਾਂ ਜੋ ਇੱਕ ਨੰਬਰ ਦੇ ਵਿੱਚ ਐਂਟਰੀ ਹੋਵੇ ਬੰਦੇ ਜਿਹੜੇ ਆ 2 ਨੰਬਰ ਦੇ ਵਿੱਚ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਐਂਟਰੀ ਨਾ ਹੋਣ। ਅਸੀਂ ਮਿਲਾਂਗੇ ਤੁਹਾਨੂੰ ਅੱਜ ਸ਼ਾਮ ਦੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਨੀ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ।